ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਕੀੜੀ ਅਫਗਾਨੇ ਵਿਖੇ ਅਸੀਂ ਅੱਜ ਸਾਡੇ ਨਾਲ ਪਿੰਡ ਦੇ ਵਾਸੀ ਵਿਸ਼ਾਲ ਸਿੰਘ ਅਤੇ ਸੁਪਿੰਦਰ ਭਾਅ ਜੀ ਹੋਣੀ ਇੱਥੇ ਸਾਨੂੰ ਜਿਨ੍ਹਾਂ ਨੇ ਬਿਲਕੁਲ ਉਚੇਚੇ ਨਿਧੜਕ ਹੋ ਕੇ ਸਾਰਾ ਦੱਸਿਆ ਕਿ ਪਿੰਡ ਦੇ ਵਿੱਚ ਜਿਹੜਾ ਚੱਡਾ ਮਿਲਜ਼ ਵੱਲੋਂ ਜਿਹੜਾ ਕਹਿਰ ਦਾ ਜਿਹੜਾ ਤਾਂਡਵ ਇੱਥੇ ਕੀਤਾ ਅਤੇ ਸਾਰੇ ਵਿਸ਼ਵ ਦੇ ਵਿੱਚ ਜਿਹੜਾ ਮੱਛੀਆਂ ਦਾ ਤੜਫਣਾ ਸੰਗਤਾਂ ਨੇ ਦੇਖਿਆ ਕਿ ਬਿਆਸ ਦੇ ਵਿੱਚ ਕਿਵੇਂ ਉਹ ਜਿਹੜਾ ਮੈਸੈਕਰ ਹੋਇਆ ਕਿ ਜਿਹੜੇ ਜੀਵ ਬੋਲ ਨਹੀਂ ਸਕਦੇ ਉਹ ਤੜਫ ਤੜਫ ਕੇ ਮਰ ਗਏ। ਅਤੇ ਇਹਨਾਂ ਨੇ ਦੱਸਿਆ ਕਿ ਪਰਸੋਂ ਇੱਥੇ ਜਦੋਂ ਇਹ ਦੱਸ ਰਹੇ ਨੇ ਕਿ ਬਲਾਸਟ ਹੋਇਆ ਅਤੇ ਇਹਨਾਂ ਸਾਰੇ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਅਤੇ ਈਵਨ ਇਹ ਇਕੱਠੇ ਹੋ ਕੇ ਆਏ ਅਤੇ ਉਦੋਂ ਇਹਨਾਂ ਨੇ ਜਿਹੜਾ ਉਹ ਫਲੋ ਚੱਲ ਰਿਹਾ ਸੀ ਲਾਵਾ ਦਾ ਜਿਹੜਾ ਉਹ ਮਲੈਸਿਸ ਦਾ ਫਲੋ ਇੱਥੇ ਜਾ ਰਿਹਾ ਸੀ ਤੁਸੀਂ ਕਲੀਅਰ ਦੇਖਿਆ ਬਿਲਕੁਲ ਸਾਡੇ ਪਿੱਛੇ ਉਹੀ ਸਪੋਟ ਹੈ ਜਿਹੜਾ ਅਖਬਾਰਾਂ ਵਿੱਚ ਰਿਲੀਜ਼ ਹੋਇਆ ਅਤੇ ਇੱਥੋਂ ਹੀ ਸਾਰਾ ਪਾਣੀ ਜਿਹੜਾ ਵਹਿੰਦਾ ਵਹਿੰਦਾ ਮਿਕਸ ਹੋ ਕੇ ਤੁਸੀਂ ਦੇਖ ਸਕਦੇ ਹੋ ਅਜੇ ਵੀ ਪਾਣੀ ਦੇ ਵਿੱਚ ਕਾਲਕ ਹੈ ਪਾਣੀ ਦਾ ਰੰਗ ਚੇਂਜ ਹੈ ਪਰਲੇ ਹੱਥ ਹੋਰ ਤਰ੍ਹਾਂ ਦਾ ਪਾਣੀ ਹੈ ਵਿਚਾਲੇ ਹੋਰ ਹੈ ਅਤੇ ਇੱਧਰ ਹੋਰ ਹੈ ਅਤੇ ਇੱਥੇ ਹਜੇ ਵੀ ਕਾਲਕ ਜਮ੍ਹਾਂ ਹੋਈ ਹੈ ਸਾਰੇ ਆਪਾਂ ਰਸਤੇ 'ਚ ਵੀ ਦੇਖਿਆ ਕਿ ਇੱਦਾਂ ਸਾਰਾ ਕੁਛ ਹੀ ਹੈ ਹਜੇ ਵੀ ਜਮ੍ਹਾਂ ਹੋਇਆ ਅਤੇ ਪਾਣੀ ਨੂੰ ਹਜੇ ਪਲੂਟ ਕਰ ਰਿਹਾ ਹਜੇ ਬੱਸ ਨਹੀਂ ਹੋਈ ਅਤੇ ਸਾਰਾ ਜ਼ਹਿਰ ਜਿਹੜਾ ਪਾਣੀ ਦੇ ਜ਼ਰੀਏ ਹਰੀ ਕੇ ਪੱਤਣ ਤੱਕ ਜਾ ਰਿਹਾ ਉੱਥੇ ਵੈਟਲੈਂਡ ਦੇ ਵਿੱਚ ਦੂਰੋਂ ਦੂਰੋਂ ਪੰਛੀ ਆਉਂਦੇ ਨੇ ਰਸਤੇ ਵਿੱਚ ਜਿੰਨੀ ਖੇਤੀ ਹੈ ਜਿਹੜੀ ਬਿਆਸ ਦੇ ਰਾਹੀਂ ਹੋ ਰਹੀ ਹੈ ਸੂਏ ਦੇ ਰਾਹੀਂ ਹੋ ਰਹੀ ਹੈ ਉਹ ਸਾਰੀ ਖੇਤੀ ਜਿੰਨੇ ਪਸ਼ੂ ਨੇ ਜਿੰਨੇ ਪੰਛੀ ਨੇ ਹੋਰ ਜਾਨਵਰ ਨੇ ਇੱਥੋਂ ਪਾਣੀ ਪੀ ਰਹੇ ਨੇ ਉਹਨਾਂ ਸਾਰਿਆਂ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਰ ਪਿੰਡ ਵਾਲਿਆਂ ਤੋਂ ਇਹ ਜਾਣ ਲੈਣਾ ਹੋਰ ਜ਼ਰੂਰੀ ਹੈ। ਵਿਸ਼ਾਲ ਭਾਈ ਤੁਸੀਂ ਉਸ ਦਿਨ ਦਾ ਸਾਰਾ ਦੱਸੋ ਵੀ ਹੋਇਆ ਕੀ ਅਤੇ ਕਿਵੇਂ ਤੁਸੀਂ ਕੀ ਦੇਖਿਆ ਸਾਰਾ ਭਾਈ ਹੋਇਆ ਕੀ ਕਿੱਦਾਂ ਮਤਲਬ ਆਪਣਾ ਇਹਨਾਂ ਦਾ ਜਿਹੜਾ ਟੈਂਕਰ ਆ ਸੀਰੇ ਵਾਲਾ ਇਹਨਾਂ ਨੇ ਮਤਲਬ ਉਹ 'ਚ ਜ਼ਿਆਦਾ ਉਹਨੂੰ ਮਤਲਬ ਘੱਟ ਮਾਈਨਸ 'ਤੇ ਰੱਖਣਾ ਪੈਂਦਾ ਮਤਲਬ ਘੱਟ ਮਾਈਨਸ 'ਤੇ ਉਹ ਰਹੇ ਅਤੇ ਉਹ ਫੜ ਸਕਦਾ ਮਤਲਬ ਪਾਣੀ ਪੂਣੀ ਉੱਤੇ ਨਹੀਂ ਪਾਇਆ ਅਤੇ ਉਹ ਹੋ ਕੇ ਗਰਮ ਬਲਾਸਟ ਹੋ ਗਿਆ ਉਹਦੇ ਹੋਣ ਨਾਲ ਦੂਜਾ ਵੀ ਹੋ ਗਿਆ ਨਾਲ ਉਹ ਸਾਰਾ ਇਹਨਾਂ ਕੋਲ ਕੰਟਰੋਲ ਨਹੀਂ ਹੋਇਆ ਕੁਛ ਵੀ ਸਾਰਾ ਆ ਕੇ ਇੱਥੇ ਪਿਆ ਫਿਰ ਇੱਥੋਂ ਹੀ ਸਾਰਾ ਕੰਮ ਇਹਨਾਂ ਕੋਲ ਕੰਟਰੋਲ ਤਾਂ ਹੋ ਨਹੀਂ ਸਕਦਾ ਭਾਅ ਜੀ ਕਿਹਾ ਵੀ ਫਿਰ ਅਸੀਂ ਵੀ ਮਤਲਬ ਬੰਦ ਕਰੋ ਕਹਿੰਦੇ ਅਸੀਂ ਕਰਨਾ ਨਹੀਂ ਹੈ ਫਿਰ 10-15 ਬੰਦੇ ਇਕੱਠੇ ਹੋ ਗਏ ਆਏ ਆ ਡਾਂਗਾ ਲੈ ਕੇ ਆਏ ਆ ਅਤੇ ਫਿਰ ਇਹਨਾਂ ਨੇ JCB ਲੈ ਕੇ ਫਿਰ ਬੰਦ ਕੀਤਾ ਪਹਿਲਾਂ ਹੀ ਬੰਦ ਕਰ ਸਕਦੇ ਸੀ ਇਹਨਾਂ ਜਾਣ ਬੁੱਝ ਕੇ ਬੰਦ ਨਹੀਂ ਕੀਤਾ ਕਿਉਂਕਿ ਬਾਅਦ 10-15 ਬੰਦੇ ਆਏ ਇਹਨੂੰ ਪਤਾ ਵੀ ਹੁਣ ਝਗੜਾ ਹੋਊਗਾ ਅਤੇ ਫਿਰ ਬੰਦ ਕੀਤਾ ਇਹਨਾਂ ਨਹੀਂ ਤਾਂ ਉੱਧਰ ਬੰਦ ਨਹੀਂ ਕਰਦੇ ਬਾਅਦ ਫਿਰ JCB ਲਿਆ ਕੇ ਇਹਨਾਂ ਉੱਤੋਂ ਬੰਦ ਕੀਤਾ ਭਾਅ ਜੀ ਫਿਰ ਇੱਧਰੋਂ ਬੰਦ ਕਰਕੇ ਫਿਰ ਇਹਨਾਂ ਨੇ ਅੰਡਰਗਰਾਊਂਡ ਪਤਾ ਨਹੀਂ ਕਿੱਥੋਂ ਫਿਰ ਅਸੀਂ ਵੀਡੀਓ ਬਣਾਈ ਇੱਥੇ ਵੀਡੀਓ ਖੁਦ ਬਣਾਈ ਇਹ ਵੇਖ ਲਓ JCBਾਂ ਲੱਗੀਆਂ ਪਿੱਛੇ ਇਹਨਾਂ ਕੋਲ ਕੋਈ ਸਾਧਨ ਨਹੀਂ ਹੈਗਾ ਸਰੇਕ ਸਾਧਨ ਹੈਗਾ ਕਿੰਨੇ ਕਿੰਨੇ JCB ਅੰਦਰ ਲੱਗੀਆਂ ਇਹਨਾਂ ਦੇ ਇਹ ਬੰਦ ਨਹੀਂ ਕਰ ਸਕਦੇ ਬਾਅਦ 'ਚ ਵੀ ਕੀਤਾ ਪਹਿਲਾਂ ਵੀ ਕਰ ਸਕਦੇ ਸੀ ਜਿਹੜੇ ਇੰਨੇ ਜੀ ਮਰੇ ਆ ਇਹ ਬਚ ਸਕਦੇ ਸੀ ਜੇ ਪਹਿਲਾਂ ਬੰਦ ਕਰ ਦਿੰਦੇ ਤੇ ਅੱਜ ਦਾ ਅਖਬਾਰਾਂ ਦੇ ਵਿੱਚ ਚਰਚਾ ਵਾ ਕਿ ਸ਼ੂਗਰ ਮਿਲ ਜਿਹੜੀ ਸੀਲ ਕਰ ਦਿੱਤੀ ਹੈ ਪਰ ਇੱਥੇ ਆ ਕੇ ਚੀਜ਼ ਜਿਹੜੀ ਹੈ ਨਾ ਨਜ਼ਰ ਆ ਰਹੀ ਹੈ ਵੀ ਫੈਕਟਰੀ ਬੰਦ ਕੀਤੀ ਹੈ ਇਕੱਲੀ ਕਿਉਂਕਿ ਮਿਲ ਦਾ ਗੰਨਾ ਪੀਣ ਤਾਂ ਹੁਣ ਬੰਦ ਵਾ ਬੰਦ ਚੀਜ਼ ਨੂੰ ਜਿਹੜਾ ਨਾ ਸੀਲ ਕਰਨ ਦਾ ਕੋਈ ਤੁੱਕ ਨਹੀਂ ਬਣਦਾ ਜਿਹੜੀ ਸ਼ਰਾਬ ਫੈਕਟਰੀ ਹੈ ਉਹ ਤਾਂ ਉਸੇ ਤਰ੍ਹਾਂ ਚੱਲ ਰਹੀ ਹੈ ਉਹ ਅੰਦਰੋਂ ਕੈਮੀਕਲ ਨਿਕਲਦਾ ਆਪਣਾ ਫੈਕਟਰੀ 'ਚ ਔਰ ਦਰਿਆ 'ਚ ਪੈ ਰਿਹਾ ਉੱਥੇ ਬਿਲਕੁਲ ਭਾਫ ਉੜ ਰਹੀ ਆ ਧੂੰਆਂ ਨਿਕਲਦਾ ਪਿਆ ਗਰਮ ਇੰਨਾ ਪਾਣੀ ਹੈ ਇਹ ਕਹਿੰਦੇ ਜੇ ਹਾਦਸਾ ਜੇ ਹਾਦਸਾ ਨਹੀਂ ਹੈਗਾ ਕਿਉਂਕਿ ਇਹਦੀ ਕੰਪਲੇਂਟ ਮੈਂ ਫਿਸ਼ਰੀ ਡਿਪਾਰਟਮੈਂਟ ਹੁਸ਼ਿਆਰਪੁਰ ਡਿਪਟੀ ਡਾਇਰੈਕਟਰ ਨੂੰ 6 ਤਰੀਕ 4th ਮਹੀਨੇ ਨੂੰ ਆ 2 ਮਹੀਨੇ ਪਹਿਲਾਂ ਵੀ ਕਰ ਚੁੱਕਾ ਉਹਦੀ ਲਿਖਤ ਕਾਪੀ ਵੇਖੋ ਰਿਸੀਵਿੰਗ ਕਾਪੀ ਵੇਖੋ ਪਈ ਦੀ ਹੈ ਡਿਪਾਰਟਮੈਂਟ ਦੀ ਮੋਹਰ ਲੱਗੀ ਦੋ ਇੱਥੇ ਕਿ ਸੁਸ਼ੀਲ ਕੁਮਾਰ ਨੇ ਕੰਪਲੇਂਟ ਕੀਤੀ ਵੀ ਕੀੜੀ ਦਾ ਮਿਲਦਾ ਪਾਣੀ ਜਿਹੜਾ ਰੈਗੂਲਰ ਮਤਲਬ ਦਰਿਆ 'ਚ ਪੈ ਰਿਹਾ ਜਿਹਦੇ ਨਾਲ ਮੱਛੀ ਮਰ ਰਹੀ ਹੈ ਹਾਦਸਾ ਹੁੰਦਾ ਅਤੇ ਇਹਨਾਂ ਨੂੰ ਪੰਪ ਲਾਉਣ ਦੀ ਕੀ ਲੋੜ ਸੀਗੀ ਮੋਟਰਾਂ ਚਲਾਉਣ ਦੀ ਕੀ ਲੋੜ ਸੀਗੀ ਫਿਰ ਤੋਂ ਕੰਧਾ ਪਾੜ ਕੇ ਮਤਲਬ ਕੈਮੀਕਲ ਬਾਹਰ ਆਉਂਦਾ ਪਹਿਲਾਂ ਪੰਪ ਲਗਦਾ ਸੀ ਪੰਪ ਰਾਹੀਂ ਉੱਥੇ ਰਸਤਾ ਪਾਈਪ ਦਾ ਪੂਰਾ ਨਿਸ਼ਾਨ ਪੈਂਦਾ ਪੱਕੀ ਪਾਈਪ ਇਹਨਾਂ ਪਾਈ ਦੀ ਸੀ ਉੱਥੇ ਉਹਦੇ ਥਰੂ ਸਾਰਾ ਪਾਣੀ ਆਉਂਦਾ ਸੀਗਾ ਦਿਨ ਦੇ ਕਿਹੜੇ ਵੇਲੇ ਲਾਉਂਦੇ ਸੀ ਇਹ ਰਾਤ ਨੂੰ ਸੁੱਟਦੇ ਸੀ ਪਾਣੀ ਕਿਉਂਕਿ ਅਸੀਂ ਜਦੋਂ ਮੱਛੀ ਸਵੇਰੇ ਇਕੱਠੀ ਕਰਨ ਆਉਂਦੇ ਹਾਂ ਤਾਂ ਦਰਿਆ ਦਾ ਪਾਣੀ ਬਿਲਕੁਲ ਕਾਲਾ ਹੋ ਜਾਂਦਾ ਸੀ ਮੇਰੇ ਹਿਸਾਬ ਨਾਲ ਘੱਟੋ ਘੱਟ 20 ਕਰੋੜ ਦਾ ਫਾਈਨ ਕਰਨਾ ਚਾਹੀਦਾ ਇਸ ਮਿਲ ਨੂੰ ਅਤੇ ਇਹਦਾ ਜਿਹੜਾ ਮੱਛੀਆਂ ਦਾ ਇੰਪੈਕਟ ਜਿਵੇਂ ਸਾਰੇ ਕਹਿ ਰਹੇ ਹਰੀ ਕੇ ਤੱਕ ਜਾ ਰਿਹਾ ਹਰੀ ਤੱਕ ਦੇਖੋ ਜੀ ਮੱਛੀ ਆਉਣ ਵਾਲੇ ਹੋਸਦਾ 2-4 ਸਾਲ ਮਿਲੇ ਹੀ ਨਾ ਇੱਥੇ ਜਿਹੜਾ ਕੈਮੀਕਲ ਜਿਹੜਾ ਸੀਰਾ ਦੇਖੋ ਨਾ ਇੱਥੋਂ ਜਿਹੜਾ ਸੀਰਾ ਰੁੜ ਕੇ ਸੈਂਚਰੀ ਜਾ ਕੇ ਬੈਠ ਗਿਆ ਹੁਣ ਇਹ ਦਰਿਆ ਤਾਂ ਸਾਫ਼ ਹੋ ਜਾਏਗਾ ਪਿੱਛੋਂ ਗਵਰਨਮੈਂਟ ਪਾਣੀ ਛੱਡ ਦੂਗੀ ਇਹ ਸਾਫ਼ ਹੋ ਜਾਊਗਾ 15 ਦਿਨਾਂ 20 ਦਿਨਾਂ 1 ਮਹੀਨੇ ਜਾਂ 6 ਮਹੀਨੇ 'ਚ ਹੋ ਜਾਊਗਾ ਜਿਹੜਾ ਸੈਂਚਰੀ ਜਾ ਕੇ ਕੈਮੀਕਲ ਜਾ ਬੈਠ ਗਿਆ ਜਾ ਕੇ ਉਹ ਗਵਰਨਮੈਂਟ ਕਿੱਦਾਂ ਸਾਫ਼ ਕਰੇਗੀ ਉਹਦੇ ਵਾਸਤੇ ਕਿੰਨਾ ਰੁਪਈਆ ਗਵਰਨਮੈਂਟ ਲਾਊਗੀ ਜਦਕਿ ਸਾਰਾ ਕਸੂਰ ਇਸ ਮਿਲਦਾ ਉਹ ਲਾਗੇ ਲਾਗੇ ਜੋ ਏਰੀਆ ਉਹਦਾ ਕਿੰਨਾ ਨੁਕਸਾਨ ਹੋਏਗਾ ਕਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸ ਸਕਦਾ ਇਹ ਦੱਸਦੇ ਸੀ ਕਿ ਪਿੰਡ ਦੇ ਨੌਜਵਾਨ ਹੋਰ ਕੇ ਇੱਥੇ ਰੋਜ਼ ਮਿੱਟੀ ਦੇ ਵਿੱਚ ਆਪਣੀ ਐਸ਼ ਉੱਡਦੀ ਹੈ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜੋ ਦੇਖੋ ਐਸ਼ ਦਾ ਢੇਰ ਲੱਗਾ ਹੈ ਤੇ ਸਾਹਮਣੇ ਤੁਹਾਡੇ ਹਾਂਜੀ ਉਹ ਦੇਖੋ ਸਾਹਮਣੇ ਐਸ਼ ਦੇ ਉਹ JCB ਲੱਗੀ ਦੀ ਉਹ ਐਸ਼ ਹੀ ਸਾਰੀ ਉਹ ਸਾਰੀ ਪਾਣੀ 'ਚ ਡਿੱਗਦੀ ਪਈ ਆ ਦੇਖੋ ਨਾ ਕਿ ਸਰਕਾਰਾਂ ਜਿਹੜੀਆਂ ਕਿਸਾਨਾਂ ਨੂੰ ਕਹਿੰਦੀਆਂ ਵੀ ਨਾੜ ਨੂੰ ਅੱਗ ਨਾ ਲਾਓ ਉਹ ਕਿਉਂ ਕਹਿੰਦੀਆਂ ਨੇ ਇਸੇ ਕਰਕੇ ਕਹਿੰਦੀ ਹੈ ਵੀ ਜਿਹੜੀ ਰਾਖ ਹੈ ਉਹ ਜੋ ਹਨੇਰੀਆਂ ਆਉਂਦੀਆਂ ਉੱਡਦੀਆਂ ਨੇ ਉਹਦਾ ਇੰਨਾ ਪੋਲਿਊਸ਼ਨ ਜਿਹੜਾ ਪੈਦਾ ਹੁੰਦਾ ਹੈ ਉਹ ਜਲ ਕੇ ਵਾਤਾਵਰਨ ਪ੍ਰਦੂਸ਼ਣ ਨਾ ਹੋਵੇ ਅਤੇ ਇਹ ਤਾਂ ਸ਼ਰੇਆਮ ਕਰਦੇ ਪਏ ਆ ਪਿੰਡ ਦੇ ਜਿਹੜੇ ਬੱਚੇ ਨੇ ਉਹ ਅਜੇ ਥੋੜ੍ਹੇ ਚਿਰ
ਸਾਡੇ ਕੋਲ ਸਿਆ ਨਹੀਂ ਜਾਂਦਾ, ਇੰਨੀ ਉੱਥੇ ਮੁਸ਼ਕ ਆਉਂਦੀ ਹੈ, ਬਹੁਤ ਸਵਾਹ ਆਉਂਦੀ ਹੈ ਉੱਥੋਂ ਫੈਕਟਰੀ 'ਚ। ਅਤੇ ਸਵਾ ਆਪਣੇ ਇਹ ਸਾਰੀ ਆਪਣੇ ਹੱਥਾਂ ਪੈਰਾਂ 'ਤੇ ਸਕਿਨ 'ਤੇ ਵੀ ਪੈਂਦੀ ਆ? ਹਾਂਜੀ, ਅੱਖਾਂ 'ਚ ਵੀ ਪੈ ਜਾਂਦੀ ਹੈ ਕਈ ਵਾਰੀ। ਅਤੇ ਅੱਖਾਂ 'ਚ ਫਿਰ ਪ੍ਰੋਬਲਮ ਜਾਂ ਦਰਦ ਕੋਈ ਹੁੰਦੀ ਹੈ, ਖੁਰਕ ਵਗੈਰਾ? ਹਾਂਜੀ, ਆਰੋ ਲਵਾਏ ਨੇ ਨਾ ਫਿਲਟਰ, ਫਿਰ ਸਵਾਦ ਹੈ ਉਦਾਂ ਤੋਂ ਸਵਾਦ। ਅਦਰਵਾਈਜ਼ ਨਲਕੇ ਦਾ ਪਾਣੀ ਸਵਾਦ ਨਹੀਂ? ਨਹੀਂ, ਉਹ ਖਰਾਬ ਨਹੀਂ। ਸਰ ਆ ਦੇਖੋ ਜੀ, ਇਹ ਇਹ ਕਿਵੇਂ ਹੋਇਆ ਤੇਰੇ? ਇਹ ਇਦਾਂ ਇਹ ਸਕਿਨ ਦੀ ਪ੍ਰੋਬਲਮ ਹੈ, ਕਰ ਰਹੀ ਦਾ ਮਿੱਟੀ ਜੇ ਇਦਾਂ ਹੋ ਜਾਂਦਾ ਹੈ। ਸੋ ਮਿੱਟੀ ਦੇ ਵਿੱਚ ਜਿਹੜੀ ਸਵਾਹ ਹੈ ਉਹਦੇ ਨਾਲ ਸਕਿਨ ਪ੍ਰੋਬਲਮਸ ਅਸੀਂ ਯੂ نو ਦੇ ਆਰ ਵਿਜ਼ੀਬਲ। ਤੇ ਪਿੰਡ 'ਚ ਬੱਚੇ ਕਹਿ ਰਹੇ ਨੇ ਇਹਨਾਂ ਦੇ ਉੱਪਰ ਵੀ ਸਵਾਹ ਡਿੱਗਦੀ ਸਾਰਾ ਦਿਨ, ਜਿੱਥੇ ਇਹਨਾਂ ਦੇ ਘਰ ਬਾਹਰ ਨੇ ਉੱਥੇ ਵੀ ਹਰ ਜਗ੍ਹਾ ਤੁਸੀਂ ਦੇਖੋਗੇ ਸਵਾਹ ਦੀਆਂ ਲੇਅਰਸ ਨੇ, ਬਿਕੋਜ਼ ਇੱਥੋਂ ਜਿਹੜਾ ਕੋਲਾ ਬਲਦਾ ਉਹਦੀ ਜਿਹੜੀ ਐਸ਼ ਹੈ ਦੂਰ ਦੂਰ ਤੱਕ ਜਾ ਰਹੀ ਹੈ ਹਵਾ ਦੇ ਵਿੱਚ ਵੀ। ਦਿਸ ਇਜ਼ ਵਾਟ ਦੇ ਬ੍ਰੀਥ ਇਨ। ਹਨੇਰੀਆਂ ਆਉਂਦੀਆਂ ਜਾ ਕੇ ਵੇਖੋ ਜਿਹੜੀ ਸਵਾਹ ਹੁੰਦੀ ਰਹੀ ਆ ਅੱਖਾਂ 'ਚ ਪੈਂਦੀ ਆ, ਬੁਰਾ ਹਾਲ, ਕੱਪੜੇ ਗੰਦੇ ਹੋ ਜਾਂਦੇ ਨੇ, ਕਿੱਥੋਂ ਹੀ ਲੈਗੇ ਨਾ ਕੁਛ, ਕੋਈ ਹਾਲ ਕੋਈ ਨਹੀਂ ਸੁਣਦਾ। ਇੱਕ ਦੋ ਮੌਤ ਵੀ ਹੋ ਚੁੱਕੀ ਆ, ਬਾਕੀ ਜਿਹੜਾ ਪਾਣੀ ਪ੍ਰਦੂਸ਼ਣ ਹੋ ਚੁੱਕਾ ਉਹਦੇ ਵਿੱਚ ਤੋਂ ਜਾਂ ਜਿਹੜੀਆਂ ਆਪਣੇ ਕੈਂਸਰ ਵਰਗੀਆਂ ਬਿਮਾਰੀਆਂ 30-35% ਕੈਂਸਰ ਦੇ ਰੋਗੀ ਜਿਹੜੇ ਨੇ ਉਹ ਹੋ ਗਏ ਨੇ ਇਹਨਾਂ ਸਾਨੂੰ ਮੈਡੀਕਲ। ਹਾਂਜੀ, 35% ਲੋਕ ਟੀਬੀ ਦੇ ਸ਼ਿਕਾਰ ਨੇ ਅਤੇ ਕੈਂਸਰ ਦੇ ਕਿੰਨੇ ਲੋਕ ਵਿੱਚ ਮਿਲਾ ਕੇ 35% ਜੀ ਵਿੱਚ ਟੀਬੀ ਦੇ ਵਿੱਚ ਕੈਂਸਰ ਰੋਗੀ ਨੇ। ਹਾਂਜੀ, ਇਹ ਰੋਗੀ ਨੇ। ਇਹ ਹੈਗਾ ਜੀ 160×10 ਬਹੁਤ ਹੀ ਜ਼ਿਆਦਾ ਖਤਰਨਾਕ ਲੈਵਲ ਹੈ ਜਿਹੜਾ TDS ਦਾ, ਜਿਹੜੇ WHO ਦੇ ਸਟੈਂਡਰਡਸ ਨੇ ਉਸ ਤੋਂ 3 ਗੁਣਾ ਜ਼ਿਆਦਾ ਪਾਣੀ ਹੈ, 4 ਗੁਣਾ ਜ਼ਿਆਦਾ TDS ਦਾ ਪਾਣੀ ਹੈ, ਵਿਚ ਇਜ਼ ਅਨਸੇਫ ਅਨਫਿਟ ਫੋਰ ਦ ਹਿਊਮਨ ਹੈਲਥ। ਉਹਦੇ ਭਾਅ ਜੀ ਫਿਰ ਜਿੰਨਾ ਨੁਕਸਾਨ ਹੋਇਆ ਵਾ ਤੁਸੀਂ ਆਪੇ ਸੋਚ ਲਓ ਕਿ ਉਹ 25 ਲੱਖ ਨਾਲ ਬਣੂਗਾ ਕੀ, ਉਹ 25 ਲੱਖ ਨਾਲ ਕੀ ਬਣ ਸਕਦਾ। ਹਾਂ ਭਾਅ ਜੀ, ਉੱਪਰ ਜਿਹੜੀ ਰੇਤਾ ਪਾਈ ਹੈ ਨਾ ਇਹ ਸਿਰਫ ਮੀਡੀਆ ਨੂੰ ਦੱਸਣ ਵਾਸਤੇ ਕਿ ਉੱਥੇ ਢੱਕਦਾ, ਇਹ ਤਾਂ ਬਹੁਤ ਖਲਾਰਾ ਪਿਆ ਸੀਗਾ ਇੱਥੇ, ਖਲੋਣ ਨੂੰ ਜਗ੍ਹਾ ਨਹੀਂ ਮਿਲਦੀ। ਜੀ 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 ਬਿਲਕੁਲ। ਸੋ ਜਦੋਂ ਅਗਲੇ ਮੀਂਹ ਬਰਸਾਤਾਂ ਆਉਣੀਆਂ ਇਹ ਪਾਣੀ ਨੇ ਫਿਰ ਵਿੱਚ ਵੜਨਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਸੋ ਅਗਲੀਆਂ ਬਰਸਾਤਾਂ ਤੱਕ ਦਾ ਕੋਈ ਇਲਾਜ ਕਰਨਾ ਤਾਂ 25 ਲੱਖ ਦੀ ਇਨਵੈਸਟਮੈਂਟ ਦੀ ਲੋੜ ਉੱਥੇ ਆ, ਬਟ ਜਿਵੇਂ ਕਿ ਕਹਿ ਰਹੇ 25 ਲੱਖ ਨਾਲ ਜਿਹੜਾ ਇਹ ਮੁਆਵਜ਼ਾ ਨਹੀਂ ਹੈਗਾ ਜਿੰਨੇ ਪਰਿਵਾਰ ਇਹ ਤੋਂ ਪੀੜਿਤ ਹੋਣੇ ਆ। ਖੈਰ, ਜਿਹੜੀਆਂ ਜਾਨਾਂ ਗਈਆਂ ਮੱਛੀਆਂ ਦੀਆਂ ਡੰਗਰਾਂ ਦੀਆਂ ਉਹਦਾ ਕੋਈ ਰਿਪੇਅਰ ਨਹੀਂ ਹੈ, ਉਹਦੀ ਕੋਈ ਕਮਬੈਕ ਨਹੀਂ ਹੈ, ਹੈਨੀ ਉਹਦੀ ਕੀ ਵਾਪਸੀ ਆ, ਉਹ ਨੁਕਸਾਨ ਦੀ ਤਾਂ ਗਿਣਤੀ ਨਹੀਂ ਹੋ ਸਕਦੀ। ਘਾਟੇ 'ਚ ਜਾ ਰਿਹਾ ਅਤੇ ਉਹਦਾ ਬੱਚਾ ਉਹ ਕਾਰੋਬਾਰ ਕਿਉਂ ਕਰੇਗਾ? ਹਾਂਜੀ ਹਾਂਜੀ, ਇਸੇ ਕਰਕੇ ਜਿਹੜਾ ਕਿਹਾ ਤਾਂ ਜਾਂਦਾ ਵੀ ਬੱਚੇ ਜਿਹੜੇ ਨਾ ਖੇਤੀ ਨੂੰ ਹੱਥ ਨਹੀਂ ਲਾਉਂਦੇ ਆ, ਪਰ ਅਸੀਂ ਕਹਿੰਦੇ ਇਹਦੇ ਵਿੱਚੋਂ ਬਚੇ ਕੁਛ ਦੇ ਹੱਥ ਲੱਗੇ ਨਾ। ਹਾਂ, ਇਸ ਪਾਸੇ ਬਚਦਾ ਕੁਛ ਨਹੀਂ ਹੈ। ਕਰਦਾ ਹੁਣ ਇੱਦਾਂ ਦੇ ਪੰਜਾਬ 'ਚ ਰਹਿੰਦਾ ਮਤਲਬ ਹੀ ਨਹੀਂ ਭਾਅ ਜੀ, ਤੁਸੀਂ ਆਪ ਤੁਸੀਂ ਇੱਥੇ 5 ਮਿੰਟ ਆਏ ਖੜ੍ਹੇ ਨੇ, ਤੁਹਾਡਾ ਖੜ੍ਹ ਨੂੰ ਜੀ ਕਰਦਾ ਵੇਖ ਲਓ। ਸੋ ਪੰਜਾਬ ਦੀ ਜਵਾਨੀ ਇਹੋ ਜਿਹਾ ਪੰਜਾਬ ਨਹੀਂ ਚਾਹੁੰਦੀ ਜੋ ਕਿ ਸਾਨੂੰ ਮਿਲ ਰਿਹਾ, ਜਿੱਦਾਂ ਦਾ ਜਿੱਧਰ ਨੂੰ ਪੰਜਾਬ ਨੂੰ ਅਸੀਂ ਘਸੀਟ ਰਹੇ ਹਾਂ। ਪੰਜਾਬ ਜਿਹੜਾ ਚਾਹੀਦਾ, ਖੁਸ਼ਹਾਲ ਪੰਜਾਬ ਚਾਹੀਦਾ, ਸਾਫ਼ ਸੁਥਰਾ ਪੰਜਾਬ ਚਾਹੀਦਾ, ਇੱਥੋਂ ਦੀ ਆਬੋ ਹਵਾ, ਪਾਣੀ ਅਤੇ ਖੁਰਾਕ ਬਿਲਕੁਲ ਸਾਫ਼ ਮੰਗਦੇ ਹਾਂ ਅਸੀਂ ਪੰਜਾਬੀਆਂ ਦੀ, ਸਾਡੀ ਇਹੀ ਮੰਗ ਹੈ ਸਰਕਾਰਾਂ ਨੂੰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ, ਇੱਥੋਂ ਤੱਕ ਕਿ ਮੈਂ PM ਮੋਦੀ ਸਰਕਾਰ ਨੂੰ ਵੀ ਇਹੀ ਕਹਿੰਦਾ ਕਿ ਇਫ ਯੂ ਰੀਅਲੀ ਟੇਕ ਕੇਅਰ ਅਬਾਊਟ ਦ ਪੰਜਾਬ, ਯੂ ਹੈਵ ਟੂ ਟੇਕ ਸਟ੍ਰਿਕਟ ਐਕਸ਼ਨ ਔਨ ਦੀਸ ਕਾਇੰਡ ਆਫ ਡਿਸਟਿਲਰੀਜ਼, ਰਿਫਾਇਨਰੀਜ਼ ਅਤੇ ਜਿਹੜੀਆਂ ਵੀ ਹੋਰ ਇੰਡਸਟਰੀਜ਼ ਇੱਦਾਂ ਦੀਆਂ ਜਿਹੜੀਆਂ ਰੈੱਡ ਜ਼ੋਨ ਦੇ ਵਿੱਚ ਆਉਂਦੀਆਂ, ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਟ੍ਰਿਕਟ ਓਬਜ਼ਰਵੇਸ਼ਨ ਅਤੇ ਸੁਪਰਵਿਜ਼ਨ ਚਾਹੀਦੀ ਹੈ। ਇਹੋ ਜਿਹੇ ਹਾਦਸੇ ਪੰਜਾਬ ਬਹੁਤ ਚਿਰ ਨਹੀਂ ਚੱਲ ਸਕਦਾ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜੁੜਿਆਂ ਦਾ। ਪੰਜਾਬ ਦਾ ਇਹ ਜਿਹੜਾ ਹਾਲ ਹੋ ਰਿਹਾ, ਇਹ ਹਸ਼ਰ ਬਣਦਾ ਜਾ ਰਿਹਾ, ਪਵਨ ਦਾ, ਪਾਣੀ ਦਾ ਅਤੇ ਧਰਤੀ ਦਾ, ਸਾਰਿਆਂ ਦਾ ਸੱਤਿਆਨਾਸ਼ ਹੋਇਆ ਜਾ ਰਿਹਾ। ਅਤੇ ਸਾਡੇ ਆਉਣ ਵਾਲੇ ਜਿਹੜੀ ਪਨੀਰੀ ਹੈ, ਸਾਡੇ ਬੱਚਿਆਂ ਵਾਸਤੇ ਕੀ ਅਸੀਂ ਪੰਜਾਬ ਨੂੰ ਜਿਉਂਦਾ ਰੱਖ ਸਕਦੇ ਹਾਂ ਜਾਂ ਰੱਖਣਾ ਚਾਹੁੰਦੇ ਹਾਂ, ਇਸ ਗੱਲ ਦਾ ਡਿਸੀਜਨ ਅੱਜ ਅਸੀਂ ਲੈ ਸਕਦੇ ਹਾਂ ਕਿ ਨਹੀਂ।